ਸਕੂਟਰ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਸ਼ਹਿਰ ਦੀਆਂ ਗਲੀਆਂ ਬਾਜ਼ਾਰਾਂ ਅਤੇ ਸਕੂਲਾਂ ਕਾਲਜਾਂ ਦੇ ਬਾਹਰ ਹੁੱਲੜਬਾਜ਼ੀ ਕਰਨ ਵਾਲੇ ਸ਼ਰਾਰਤੀ ਅਨਸਰਾਂ ਖਿਲਾਫ ਕਾਰਵਾਈ ਕਰਨ ਲਈ ਭਵਾਨੀਗੜ੍ਹ ਪੁਲਿਸ ਨੇ ਮੁਹਿੰਮ ਛੇੜ ਦਿੱਤੀ ਹੈ। ਇਸ ਤਹਿਤ ਅੱਜ ਪੁਲਿਸ ਨੇ DSP ਭਵਾਨੀਗੜ੍ਹ ਸੁਖਰਾਜ ਸਿੰਘ ਘੁੰਮਣ ਦੀ ਅਗਵਾਈ ਹੇਠ ਸ਼ਹਿਰ ਦੇ ਸਰਕਾਰੀ ਲੜਕੀਆਂ ਵਾਲੇ ਸਕੂਲ ਦੇ ਨੇੜੇ ਵਿਸ਼ੇਸ਼ ਨਾਕਾ ਲਗਾ ਕੇ ਅਜਿਹੇ ਅਨਸਰਾਂ 'ਤੇ ਤਿੱਖੀ ਨਜ਼ਰ ਰੱਖੀ ਅਤੇ ਹੁੱਲੜਬਾਜ਼ੀ ਕਰਨ ਵਾਲੇ ਵਾਹਨ ਚਾਲਕਾਂ ਦੇ ਚਲਾਨ ਵੀ ਕੀਤੇ। ਇਸ ਸੰਬੰਧੀ ਮੌਕੇ 'ਤੇ ਹਾਜ਼ਰ DSP ਸੁਖਰਾਜ ਸਿੰਘ ਘੁੰਮਣ ਨੇ ਦੱਸਿਆ ਹੈ ਕਿ ਜ਼ਿਲ੍ਹਾ ਪੁਲਿਸ ਮੁਖੀ ਸਪਨ ਸ਼ਰਮਾ ਵੱਲੋਂ ਜਾਰੀ ਹਦਾਇਤਾਂ ਜਿਸ ਵਿੱਚ ਪੁਲਿਸ ਅਧਿਕਾਰੀਆਂ ਨੂੰ ਆਪਣੇ ਇਲਾਕੇ ਸਕੂਲਾਂ ਕਾਲਜਾਂ ਦੀ ਛੁੱਟੀ ਸਮੇਂ ਗਸਤ ਕਰਨ 'ਤੇ ਵਿਸ਼ੇਸ਼ ਨਾਕੇ ਲਗਾ ਕੇ ਦੋ ਪਹੀਆ ਵਾਹਨਾਂ 'ਤੇ ਟ੍ਰਿਪਲ ਸਵਾਰੀ ਕਰਨ, ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਅਤੇ ਹੋਰ ਸ਼ਰਾਰਤਬਾਜ਼ੀ ਕਰਨ ਵਾਲਿਆਂ ਖਿਲਾਫ ਬਣਦੀ ਕਾਰਵਾਈ ਕਰਨ ਬਾਰੇ ਕਿਹਾ ਗਿਆ ਹੈ। ਇਸ ਦੀ ਪਾਲਣਾ ਕਰਦਿਆਂ ਅੱਜ ਉਹਨਾਂ ਵੱਲੋਂ ਪੁਲਿਸ ਕਰਮਚਾਰੀਆਂ ਨਾਲ ਨਾਕਾਬੰਦੀ ਕੀਤੀ ਹੋਈ ਹੈ। ਘੁੰਮਣ ਨੇ ਦੱਸਿਆ ਕਿ ਸਕੂਟਰ ਮੋਟਰਸਾਈਕਲਾਂ 'ਤੇ ਟ੍ਰਿਪਲ ਰਾਈਡਿੰਗ ਕਰਨ ਅਤੇ ਅਧੂਰੇ ਕਾਗਜ਼ਾਤ ਰੱਖਣ ਵਾਲੇ ਦੋ ਪਹੀਆ ਵਾਹਨਾਂ ਚਾਲਕਾਂ ਦੇ ਪੁਲਿਸ ਵੱਲੋਂ ਚਲਾਨ ਕੀਤੇ ਗਏ ਹਨ। ਅਜਾ TV ਨਿਊਜ਼ ਦੇ ਲਈ ਭਵਾਨੀਗੜ੍ਹ ਤੋਂ ਰਾਜਕੁਮਾਰ ਖੁਰਮੀ ਦੀ ਰਿਪੋਰਟ। ਮਾਨਯੋਗ SSP ਸਾਹਿਬ ਦੀ ਹਦਾਇਤਾਂ ਮੁਤਾਬਕ ਸਾਨੂੰ ਹਦਾਇਤਾਂ ਨੇ ਕਿ ਹਰ ਸਕੂਲ ਜਿੱਥੇ ਵੀ ਬੱਚੀਆਂ ਨੇ ਪੜ੍ਹਦੇ, ਜਦੋਂ ਛੁੱਟੀ ਹੁੰਦੀ ਹੈ ਉਸ ਏਰੀਏ ਦੇ ਵਿੱਚ ਜਿਹੜੇ ਵੀ ਕੰਪਲੇਂਟ ਆਉਂਦੀ ਹੈ ਵੀ ਬੱਚੇ ਜਿਹੜੇ ਤਿੰਤਰ ਚੜ੍ਹ ਕੇ ਉੱਲੜਬਾਜ਼ੀ ਕਰਦੇ ਨੇ, ਉਹਨੂੰ ਅਸੀਂ ਇਹ ਧਿਆਨ ਵਿੱਚ ਲੈ ਕੇ ਅੱਜ ਜਿਹੜਾ ਲੜਕੀਆਂ ਦਾ ਸਕੂਲ ਅਸੀਂ ਸਕਿੰਡਰੀ ਸਕੂਲ ਲੜਕੀਆਂ ਭਵਾਨੀਗੜ੍ਹ ਕਿਉਂਕਿ ਅਸੀਂ ਨਾਕਾ ਲਾਇਆ ਸੀ। ਨਾਕੇ ਦੌਰਾਨ ਜਿਹੜੇ ਵੀ ਇਹ ਉੱਲੜਬਾਜ਼ ਮੁੰਡੇ ਜਿਹੜੇ ਹੈਗੇ ਸੀ, ਤਿੰਤਰ ਚੜ੍ਹੇ ਹੋਏ ਸੀ ਜਾਂ ਵਿਦਾਊਟ ਡਾਕੂਮੈਂਟ ਸੀ, ਉਹਨਾਂ ਦੇ ਅਸੀਂ ਚਲਾਨ ਕੀਤੇ। ਕਿੰਨੇ ਚਲਾਨ ਕੀਤੇ ਗਏ ਨੇ? ਚਲਾਨ ਅਸੀਂ ਕਰ ਰਹੇ ਹਾਂ, ਇਹਦੀ ਗਲਤੀ ਤਾਂ ਕਲੀਅਰ ਕਰ ਦਿੱਤੀ ਜਾਊਗੀ, ਲੇਕਿਨ ਸਾਡੀ ਜਿਹੜੀ ਹੈ ਮੂਵਮੈਂਟ ਹੈ ਵੇਵ ਅਸੀਂ ਚਲਾਈ ਹੋਈ ਹੈ, ਇੱਕ ਵੇਵ ਚਲਾਈ ਹੋਈ ਹੈ ਵੀ ਸਾਊਥ ਇੰਡੀਅਨ ਭਵਾਨੀਗੜ੍ਹ ਦੇ ਵਿੱਚ ਜਿੰਨੇ ਵੀ ਸਕੂਲ ਨੇ, ਉਹ ਚਾਹੇ ਭਵਾਨੀਗੜ੍ਹ ਹੈ, ਚਾਹੇ ਨਿਦਾਮਪੁਰ ਹੈ, ਚੰਨੂ ਹੈ, ਘਰਾਚੋਂ ਹੈ, ਜਿਹੜੇ ਵੀ ਵੱਡੇ ਵੱਡੇ ਸਕੂਲ ਨੇ ਜਿੱਥੇ ਬੱਚੀਆਂ ਪੜ੍ਹਦੀਆਂ ਹੁੰਦੀਆਂ ਨੇ, ਉਹਨਾਂ ਸਾਰੇ ਸਕੂਲਾਂ ਦੇ ਵਿੱਚ ਜਿਹੜੇ ਹੈਗੇ ਦੇ ਅੱਗੇ ਜਿਹੜੇ ਆ ਡੇਲੀ ਇੱਕ ਧਰਨਾ ਲਾਇਆ ਕਰਾਂਗੇ, ਜਿਹਦੇ ਵਿੱਚ ਵੱਧ ਤੋਂ ਵੱਧ ਜਿਹੜੇ ਹੁੱਲੜਬਾਜ਼ ਨੇ ਜਿਹੜੇ ਆ ਕੇ ਹੂਟਿੰਗ ਕਰਦੇ ਨੇ ਉਹਨਾਂ ਚਲਾਨ ਕਰਾਂਗੇ।